ਜਸਪਾਲ ਬਾਂਗੜ ਅਤੇ ਕੰਗਨਵਾਲ ਇਲਾਕੇ ਦੀਆਂ ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਲੁਧਿਆਣਾ ਦੇ ਹਲਕਾ ਸਾਊਥ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਜਸਪਾਲ ਬਾਂਗੜ ਅਤੇ ਕੰਗਨਵਾਲ ਇਲਾਕੇ ਦੀਆਂ ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਵਿਧਾਇਕ ਛੀਨਾ ਨੇ ਦੱਸਿਆ ਹੈ ਕਿ ਸੜਕਾਂ ਬਣਾਉਣ ਦਾ ਇਹ ਕੰਮ 1,78,00,000 ਰੁਪਏ ਦੀ ਲਾਗਤ ਨਾਲ 3 ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਸਪਾਲ ਬਾਂਗੜ ਇੰਡਸਟਰੀ ਐਸੋਸੀਏਸ਼ਨ ਪਿਛਲੇ ਲੰਬੇ ਸਮੇਂ ਤੋਂ ਸੜਕਾਂ ਬਣਾਉਣ ਦੀ ਮੰਗ ਕਰ ਰਹੀ ਸੀ ਅਤੇ ਐਸੋਸੀਏਸ਼ਨ ਦੇ ਯਤਨਾਂ ਸਦਕਾ ਹੀ ਇਹ ਕੰਮ ਸ਼ੁਰੂ ਹੋ ਸਕਿਆ ਹੈ। ਅੱਜ ਜਸਪਾਲ ਬਾਂਗੜ ਤੋਂ ਲੈ ਕੇ ਜਿਹੜੇ ਕੰਗਨਵਾਲ ਰੋਡ ਦਾ ਉਦਘਾਟਨ ਹੋਇਆ, ਇਹਦੇ ਨਾਲ ਜਿਹੜੀਆਂ ਸਾਈਡ ਲੱਗਦੀਆਂ ਰੋਡਸ ਉਹਨਾਂ ਦਾ ਵੀ ਨਾਲ ਨਾਲ ਹੀ ਮਤਲਬ ਬਣ ਗਿਆ। ਇਹ 1,78,00,000 ਰੁਪਏ ਦਾ ਟੋਟਲ ਵਰਕ ਹੈ, ਕਿਉਂਕਿ ਕਾਫੀ ਦੇਰ ਤੋਂ ਜਿਹੜੀ ਜਸਪਾਲ ਬਾਂਗੜ ਐਸੋਸੀਏਸ਼ਨ ਦੀ ਡਿਮਾਂਡ ਸੀਗੀ, ਕਿਉਂਕਿ ਮੈਂ ਖੁਦ ਵੀ ਕਈ ਵਾਰੀ ਇੱਥੇ ਵਿਜ਼ਿਟ ਕੀਤਾ, ਸੜਕਾਂ ਦਾ ਵਾਕਈ ਬਹੁਤ ਬੁਰਾ ਹਾਲ ਸੀਗਾ, ਅਤੇ ਉਹ ਸੜਕਾਂ ਅੱਜ ਤੋਂ ਬਣਨੀਆਂ ਸ਼ੁਰੂ ਹੋ ਜਾਣਗੀਆਂ। ਇਹਦਾ ਟਾਈਮ ਪੀਰੀਅਡ ਠੇਕੇਦਾਰ ਨੇ 3 ਮਹੀਨੇ ਲਿਆ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ 1.5 ਤੋਂ 2 ਮਹੀਨੇ ਦੇ ਵਿੱਚ ਇਹ ਕੰਮ ਪੂਰਾ ਕਰਵਾ ਲਈਏ, ਔਰ ਕੁਆਲਿਟੀ ਨਾਲ ਕੁਆਲਿਟੀ ਵਰਕ ਹੋਏਗਾ, ਅਤੇ ਕੋਈ ਮਟੀਰੀਅਲ ਨਾਲ ਕੋਈ ਸਮਝੌਤਾ ਨਹੀਂ ਹੈ, ਅਤੇ ਔਰ ਜਿੰਨੇ ਟਨ ਦੇ ਇੱਥੇ ਟਰੱਕ ਨਿਕਲ ਰਹੇ ਆ ਉਸ ਟਨ ਦੇ ਹਿਸਾਬ ਨਾਲ ਸੜਕ ਬਣੇਗੀ। ਬਿਲਕੁਲ ਚੈੱਕ ਕਰਾਂਗੇ ਜੀ। ਡਿਮਾਂਡ ਇਹਨਾਂ ਨੇ ਤਾਂ ਇਹਨਾਂ ਦੀਆਂ ਤਾਂ ਤੁਹਾਨੂੰ ਪਤਾ ਜਿੰਨੇ ਇੰਨੀ ਦੇਰ ਤੋਂ ਕੰਮ ਹੋਇਆ ਨਹੀਂ, ਅਤੇ ਇਹਨਾਂ ਦੀਆਂ ਐਕਸਪੈਕਟੇਸ਼ਨ ਵੀ ਬਹੁਤ ਆ ਅਤੇ ਡਿਮਾਂਡਸ ਵੀ ਬਹੁਤ ਆ, ਲੇਕਿਨ ਇਹਨਾਂ ਦੀਆਂ ਡਿਮਾਂਡਸ ਜਾਇਜ਼ ਨੇ ਔਰ ਉਹ ਕਰਾਂਗੇ ਜ਼ਰੂਰ, ਲੇਕਿਨ ਟਾਈਮ ਲੱਗ ਸਕਦਾ, 1 ਬਾਏ 1 ਕਰਕੇ ਸਾਰੀਆਂ ਪੂਰੀਆਂ ਕਰਾਂਗੇ। ਬਿਲਕੁਲ ਜਗ੍ਹਾ ਅੱਜ ਤੋਂ ਹੀ ਅਸੀਂ ਦੇਖ ਰਹੇ ਹਾਂ, ਜਿੱਥੇ ਜਗ੍ਹਾ ਹੋਏਗੀ ਉੱਥੇ ਜ਼ਰੂਰ ਮੁਹੱਲਾ ਕਲੀਨਿਕ ਖੋਲ੍ਹਾਂਗੇ, ਕਿਉਂਕਿ ਇੱਥੇ ਲੇਬਰ ਕਾਫੀ ਆ, ਲੋਕਾਂ ਨੂੰ ਜ਼ਰੂਰਤ ਵੀ ਆ। ਅਸੀਂ ਅੱਜ ਦਾ ਸਾਡੇ ਲਈ ਬਹੁਤ ਹੀ ਸ਼ੁਭ ਦਿਨ ਹੈ ਕਿ ਸਾਡੇ ਜੋ ਇੰਡਸਟਰੀ ਵਾਲੇ ਜਿੰਨੇ ਇੰਡਸਟਰੀ ਵੀਰ ਬੈਠੇ ਹੈ ਸਾਰਿਆਂ ਦੇ ਅੰਦਰ ਅੱਜ ਖੁਸ਼ੀ ਦੀ ਲਹਿਰ ਹੈ, ਜੋ ਕਿ ਸਾਡੇ ਹਲਕੇ ਦੇ ਦੱਖਣੀ MLA ਸਾਹਿਬ ਮੈਡਮ ਰਜਿੰਦਰਪਾਲ ਕੌਰ ਛੀਨਾ ਜੀ ਵੱਲੋਂ ਸਾਡਾ ਅਲੱਗ ਤੋਂ ਬਹੁਤ ਹੀ ਯੋਗਦਾਨ, ਕਿਉਂਕਿ ਇਹਨਾਂ ਨੂੰ ਇੰਡਸਟਰੀ ਦਾ ਦਿਲੋਂ ਪਤਾ ਸੀ ਕਿ ਇੰਡਸਟਰੀ ਦੀ ਪ੍ਰੋਬਲਮ ਕੀ ਹੁੰਦੀ ਹੈ। ਇਹਦੇ ਲਈ ਮੈਂ MLA ਸਾਹਿਬ ਨਾਲ ਪਹਿਲੇ ਸਾਡੀ 5-4 ਵਾਰੀ ਮੀਟਿੰਗ ਹੋਈ ਹੈ, ਉਹਦੇ ਵਿੱਚ ਵੀ ਇਹਨਾਂ ਦਾ ਇਹੀ ਆਸ਼ਵਾਸਨ ਸੀ ਕਿ ਤੁਹਾਡੇ ਰੋਡ ਤੁਸੀਂ ਚਿੰਤਾ ਨਾ ਕਰੋ, ਅਸੀਂ ਫੰਡ ਅਰੇਂਜ ਕਰਕੇ ਤੁਹਾਡੇ ਰੋਡ ਜਿਹੜੇ ਹੈ ਬਣਵਾਵਾਂਗੇ।